ਹੈਲੋ ਐਵਰੀਵਨ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਇੱਕ ਵਾਰੀ ਕਹਿਣ 'ਤੇ ਇੱਥੇ ਆਏ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਲੇਡੀਜ਼ ਕਲੱਬ ਦੀ ਇਲੈਕਸ਼ਨ 'ਚ ਖੜੀ ਹੋ ਰਹੀ ਹਾਂ। ਮੈਨੂੰ ਪਤਾ ਕਿ ਇਹ ਡਿਸੀਜ਼ਨ ਮੈਂ ਬਹੁਤ ਲੇਟ ਲਿਆ, ਪਰ ਐਕਚੁਅਲੀ ਮੈਂ ਆਪਣੀ ਕੁਝ ਫੈਮਿਲੀ ਪ੍ਰੋਬਲਮਸ ਦੇ ਵਿੱਚ ਉਲਝੀ ਹੋਈ ਸੀ। ਸਾਡੇ ਕਿਸੇ ਦੁਸ਼ਮਣਾਂ ਨੇ ਸ਼ਮੀ ਜੀ 'ਤੇ ਹਮਲਾ ਕਰਕੇ ਗੋਲੀ ਚਲਾਈ ਸੀ, ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਉਹਨਾਂ ਨੂੰ ਜ਼ਿਆਦਾ ਕੁਛ ਨਹੀਂ ਹੋਇਆ। ਮੇਰੇ ਹਸਬੈਂਡ ਮੌਤ ਨੂੰ ਹਰਾ ਕੇ ਅੱਜ ਸਾਰਿਆਂ ਵਿੱਚ ਮੌਜੂਦ ਖੜੇ ਨੇ। ਮੇਰੇ ਲਈ ਇਸ ਤੋਂ ਵੱਧ ਕੇ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਕਿ ਅੱਜ ਉਹ ਬਿਲਕੁਲ ਠੀਕ ਹੈ। ਇਸ ਲਈ ਮੈਂ ਸੋਚਿਆ ਕਿ ਕਿਉਂ ਡਰ ਡਰ ਕੇ ਚੁੱਪ ਰਹਿਣਾ। ਮੇਰਾ ਫਰਜ਼ ਬਣਦਾ ਕਿ ਮੈਂ ਹਰਲੀਨ ਕੌਰ ਵਰਗੀਆਂ ਔਰਤਾਂ ਦੇ ਖਿਲਾਫ ਲੜਾਂ ਜਿਹੜੀਆਂ ਇਲੈਕਸ਼ਨ ਲੜਨ ਦਾ ਸ਼ੌਂਕ ਤਾਂ ਰੱਖਦੀਆਂ ਨੇ, ਪਰ ਉਹ ਲੋਕਾਂ ਲਈ ਕੁਛ ਨਹੀਂ ਕਰਦੀਆਂ। ਇਸ ਲਈ ਮੈਂ ਹਰਲੀਨ ਕੌਰ ਵਰਗੀ ਔਰਤ ਨੂੰ ਕਦੇ ਵੀ ਇਲੈਕਸ਼ਨ ਜਿੱਤਣ ਨਹੀਂ ਦੇ ਸਕਦੀ। ਹਰਲੀਨ ਕੌਰ ਨੇ ਇੰਨੇ ਸਾਲਾਂ ਤੋਂ ਸਾਡੇ ਲਈ ਕੀਤਾ ਹੀ ਕੀ ਹੈ ਸਿਵਾਏ ਵਲੌਗ ਬਣਾਉਣ ਦੇ? ਬਹੁਤ ਫਰਕ ਹੁੰਦਾ ਕੰਮ ਦਾ ਦਿਖਾਵਾ ਕਰਨ 'ਚ ਅਤੇ ਅਸਲ 'ਚ ਲੋਕਾਂ ਦੀ ਸੇਵਾ ਕਰਨ 'ਚ, ਅਤੇ ਮੈਂ ਅਸਲ 'ਚ ਲੋਕਾਂ ਦੀ ਸੇਵਾ ਕਰਨ 'ਚ ਵਿਸ਼ਵਾਸ ਰੱਖਦੀ ਹਾਂ। ਮੈਂ ਅੱਜ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦੀ ਹਾਂ ਕਿ ਪ੍ਰੈਜ਼ੀਡੈਂਟ ਬਣ ਕੇ ਮੈਂ ਤੁਹਾਡੇ ਸਾਰਿਆਂ ਲਈ ਬਹੁਤ ਕੰਮ ਕਰਾਂਗੀ। ਮੈਂ ਦਿਨ ਰਾਤ ਇੱਕ ਕਰ ਦਾਂਗੀ। ਅਤੇ ਮੈਂ ਵੀ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਡੇ ਸਾਰਿਆਂ ਦੇ ਕੰਮ ਕਰਕੇ ਆਪਣੇ ਏਰੀਏ ਦਾ ਨਾਮ ਪੂਰੀ ਸਟੇਟ ਵਿੱਚ ਰੋਸ਼ਨ ਕਰਾਂਗੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੇਡੀਜ਼ ਕਲੱਬ ਦਾ ਪ੍ਰੈਜ਼ੀਡੈਂਟ ਬਣਨ ਲਈ ਜ਼ਿੰਦਗੀ ਦੇ ਤਜ਼ਰਬੇ ਦੀ ਲੋੜ ਹੁੰਦੀ ਹੈ, ਜੋ ਸਿਰਫ ਮੇਰੇ ਕੋਲ ਹੈ। ਪਰ ਅੱਜ ਕੱਲ੍ਹ ਦੇ ਬੱਚੇ ਜੋ ਇਲੈਕਸ਼ਨ 'ਚ ਖੜ੍ਹੇ ਹੋਣ ਦਾ ਸ਼ੌਂਕ ਤਾਂ ਰੱਖਦੇ ਹੈ, ਪਰ ਉਹ ਖੁਦ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ, ਅਤੇ ਉਹ ਪੂਰੀ ਏਰੀਏ ਨੂੰ ਕਿੱਥੇ ਸੰਭਾਲਣਗੇ? ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਵਿੱਚ ਇੱਕ ਬੱਚੀ ਹੈ ਜੋ ਸਾਡੇ ਖਿਲਾਫ ਇਲੈਕਸ਼ਨ 'ਚ ਖੜੀ ਹੋ ਰਹੀ ਹੈ, ਅਤੇ ਉਹਦਾ ਨਾਮ ਵੀ ਤੁਹਾਨੂੰ ਪਤਾ, ਕੀਰਤ। ਹੁਣ ਤੁਸੀਂ ਸਾਰੇ ਦੱਸੋ ਕਿ ਇਹ ਪੋਸਟ ਦੇਣੀ ਚਾਹੀਦੀ ਹੈ ਕਿ ਨਹੀਂ? ਨਹੀਂ ਨਹੀਂ। ਹੁਣ ਤੁਸੀਂ ਸਾਰੇ ਦੱਸੋ ਕਿ ਤੁਸੀਂ ਮੇਰੇ ਇਲੈਕਸ਼ਨ 'ਚ ਸਾਥ ਦਿਓਗੇ? ਹਾਂ ਹਾਂ ਹਾਂ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।